ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂ ਐਸ ਟੀਵੀ ਮੈਂ ਬਰਨ ਕੌਰਮਾਨ ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਰੀਅਲ ਏਸਟੇਟ ਬਰੋਕਰ ਮੋਹਨ ਚੀਮਾ ਰੀਅਲ ਏਸਟੇਟ ਦੀ ਦੁਨੀਆ ਚ ਮੰਨਿਆ ਪਰ ਮੰਨਿਆ ਨਾਮ ਪੇਸ਼ ਨੇ ਪਹਿਲਾਂ ਝੋਣਵੀਆਂ ਖਬਰਾਂ ਸੁਨਹਿਰੀ ਭਵਿੱਖ ਲਈ ਜਾਣਾ ਚਾਹੁੰਦੇ ਹੋ ਵਿਦੇਸ਼ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਰਮਨੀ ਦਾ ਜੋਬ ਸੀਕਰ ਵੀਜ਼ਾ ਜੈਟੇਅਰ ਵੇਜ਼ ਫੇਰ ਪਰੇਗਾ ਉਡਾਣ ਇਸ ਹਫਤੇ ਦੁਬਾਰਾ ਉਪਲਬਧ ਹੋ ਸਕਦਾ ਹੈ 에ਅਰ ਆਪਰੇਟਰ ਸਰਟੀਫਿਕੇਟ ਆਮ ਆਦਮੀ ਪਾਰਟੀ ਦੇ ਵਿਦਾਇਕ ਅਮਨ ਰੋੜਾ ਦਾ ਸੈਕ੍ਰਮੈਂਟੋ ਪੁੱਜਣ ਤੇ ਨਿੱਗਾ ਸਵਾਗਤ ਡਾਲਰ ਮਹਿੰਗਾ ਹੋਣ ਨਾਲ ਪੰਜਾਬੀ ਹੋਏ ਮਾਲੋਮਾਲ 4 ਮਹੀਨਿਆਂ ਵਿੱਚ ਪੰਜਾਬੀਆਂ ਦੀਆਂ ਜੇਬਾਂ ਵਿੱਚ ਆਏ 500 ਕਰੋੜ ਰੁਪਏ ਯੂਕਰੇਨ ਦਾ ਵੱਡਾ ਦਾਵਾ ਕਿਹਾ ਅਸੀਂ ਸੂਮੀ ਖੇਤਰ ਵਿੱਚ ਰੂਸੀ ਕੁਸਪੈਠ ਨੂੰ ਕੀਤਾ ਨਾ ਕੰਮ ਅਮਰੀਕਾ ਵਿੱਚ ਕਰੋਨਾ ਨਾਲ ਮੌਤਾਂ ਦਾ ਅੰਕੜਾ 10 ਲੱਖ ਤੱਕ ਪੁੱਜਾ ਇਮਰਾਨ ਦਾ ਨਮਾ ਬਿਆਨ ਕਿਹਾ ਅਮਰੀਕਾ ਨੇ ਬਿਨਾ ਹਮਲੇ ਕੀਤਾ ਪਾਕਿਸਤਾਨ ਨੂੰ ਗੁਲਾਮ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾਣਾ ਅੱਜਕੱਲ੍ਹ ਸਿਰਫ ਮੁੰਡਿਆਂ ਦਾ ਹੀ ਨਹੀਂ ਸਗੋਂ ਕੁੜੀਆਂ ਦਾ ਵੀ ਸੁਪਨਾ ਬਣਦਾ ਜਾ ਰਿਹਾ ਹੈ ਜੇਕਰ ਤੁਸੀਂ ਵੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਜਰਮਨੀ ਸਰਕਾਰ ਵਧੀਆ ਮੌਕਾ ਲੈ ਕੇ ਆਈ ਹੈ ਕੋਰੋਨਾ ਵਾਇਰਸ ਤੋਂ ਉੱਪਰ ਬਾਬਤ ਆਪਣੀ ਆਰਥਿਕ ਤੌਰ ਨੂੰ ਹੁਲਾਰਾ ਦੇਣ ਲਈ ਜਰਮਨੀ ਹੁਨਰਮੰਦ ਅਤੇ ਯੋਗਤਾ ਪ੍ਰਾਪਤ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਰਮਨੀ ਸਰਕਾਰ ਨੇ ਜੋਬ ਸੀਕਰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜੋਬ ਸੀਕਰ ਵੀਜ਼ਾ ਜਰਮਨੀ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿੱਚ ਰਹਿਣ ਅਤੇ ਨੌਕਰੀ ਲੱਭਣ ਦਾ ਸਮਾਂ ਦਿੰਦਾ ਹੈ ਜੇਕਰ ਤੁਹਾਨੂੰ ਇਨ੍ਹਾਂ 6 ਮਹੀਨਿਆਂ ਵਿੱਚ ਨੌਕਰੀ ਮਿਲ ਜਾਂਦੀ ਹੈ ਤਾਂ ਤੁਹਾਨੂੰ ਜਰਮਨੀ ਦਾ ਵਰਕ ਵੀਜ਼ਾ ਮਿਲ ਜਾਏਗਾ ਅਤੇ ਤੁਸੀਂ ਉੱਥੇ ਲੰਬੇ ਸਮੇਂ ਤੱਕ ਰਹਿ ਸਕੋਗੇ ਜੋਬ ਸੀਕਰ ਵੀਜ਼ਾ ਪ੍ਰਾਪਤ ਕਰਨ ਦਾ ਮਤਲਬ ਨਹੀਂ ਹੈ ਕਿ ਤੁਹਾਨੂੰ ਤੁਰੰਤ ਨੌਕਰੀ ਸ਼ੁਰੂ ਕਰਨੀ ਪੈਗੀ ਇਸ ਵੀਜ਼ਾ ਤੁਹਾਨੂੰ 6 ਮਹੀਨਿਆਂ ਲਈ ਜਰਮਨੀ ਵਿੱਚ ਰਹਿ ਕੇ ਨੌਕਰੀ ਦੀ ਭਾਲ ਕਰਨ ਦੀ ਆਗਿਆ ਦਿੰਦਾ ਹੈ ਪਰ ਤੁਸੀਂ ਜਰਮਨੀ ਵਿੱਚ ਰਹਿ ਕੇ ਨੌਕਰੀਆਂ ਲੱਭ ਸਕਦੇ ਹੋ ਜੇਕਰ ਤੁਸੀਂ ਜਰਮਨੀ ਵਿੱਚ ਚੰਗੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਰਮਨ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਕਿਸੇ ਜਰਮਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਮਾਸਟਰ ਡਿਗਰੀ ਜਾਂ ਬਰਾਬਰ ਦੀ ਵਿਦੇਸ਼ੀ ਡਿਗਰੀ ਤੁਹਾਡੇ ਸਿੱਖਿਆ ਨਾਲ ਸੰਬੰਧਿਤ ਖੇਤਰ ਵਿੱਚ ਘੱਟੋ-ਘੱਟ 5 ਸਾਲ ਦਾ ਤਜਰਬਾ ਹੋਵੇ ਤੁਹਾਡੇ ਕੋਲ ਜਰਮਨੀ ਵਿੱਚ ਆਪਣੇ ਖਰਚਿਆਂ ਨੂੰ ਪੂਰਾ ਕਰਨ ਲਈ ਲੋੜਿੰਦੇ ਫੰਡ ਦਾ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ ਜਰਮਨੀ ਵਿੱਚ ਆਪਣੇ ਰਹਿਣ ਲਈ ਜਾਂ ਜਦੋਂ ਤੱਕ ਤੁਹਾਨੂੰ ਆਪਣਾ ਵਰਕ ਪਰਮਿਟ ਨਹੀਂ ਮਿਲਦਾ ਯਾਤਰਾ ਜਾਂ ਮੈਡੀਕਲ ਵੀਮਾ ਵੀ ਹੋਣਾ ਚਾਹੀਦਾ ਹੈ एयरलाइन जेट एयरवेज ਦਾ ਫਲਾਈਟ ਪਰਮਿਟ ਇਸ ਹਫਤੇ ਫਿਰ ਤੋਂ ਵੈਧ ਹੋ ਸਕਦਾ ਹੈ ਪਹਿਲਾਂ ਕੰਪਨੀ ਪ੍ਰੋਵਿੰਗ ਉਡਾਣਾਂ ਦੇ ਆਖਰੀ ਪੜਾਅ ਦਾ ਸੰਚਾਲਨ ਕਰੇਗੀ ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਜੈਟ 에ਰਵੇਜ਼ ਸਾਬਤ ਉਡਾਣਾਂ ਦੇ ਆਪਣੇ ਅੰਤਮ ਪੜਾਅ ਦਾ ਸੰਚਾਲਨ ਕਰਨ ਲਈ ਤਿਆਰ ਹੈ ਜਿਸ ਤੋਂ ਬਾਅਦ ਇਸ ਤੇ 에ਅਰ ਆਪਰੇਟਰ ਸਰਟੀਫਿਕੇਟ ਨੂੰ ਇਸ ਹਫਤੇ ਦੁਬਾਰਾ ਪ੍ਰਮਾਣਿਤ ਕੀਤੇ ਜਾਣ ਦੀ ਉਮੀਦ ਹੈ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਕਮਨ ਅਰੋੜਾ ਅੱਜਕਲ ਕੈਲੀਫੋਰਨੀਆ ਦੇ ਨਿਜੀ ਦੌਰੇ ਤੇ ਨੇ ਇਸ ਦੌਰਾਨ ਉਹ ਵੱਖ-ਵੱਖ ਥਾਵਾਂ ਤੇ ਪਾਰਟੀ ਵਰਕਰਾਂ ਨੂੰ ਵੀ ਮਿਲ ਰਹੇ ਨੇ ਮਾਉਂਟੇਨ ਮਾਈਕ ਪੀਜ਼ਾ ਬਰਾਡਸ਼ਾ ਰੋਡ ਵਿਖੇ ਹੋਏ ਇੱਕ ਪਰਮੇਸ਼ ਮਾਗਮ ਦੌਰਾਨ ਉਹਨਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰਮਨ ਪਿਆਰੀ ਬਣਦੀ ਜਾ ਰਹੀ ਹੈ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਪੂਰਾ ਸਿਸਟਮ ਵਿਗੜਿਆ ਹੋਇਆ ਹੈ ਜਿਸ ਨੂੰ ਸੁਧਾਰਨ ਲਈ ਆਮ ਆਦਮੀ ਪਾਰਟੀ ਆਉਣ ਵਾਲੇ 5 ਸਾਲਾਂ ਵਿੱਚ ਆਪਣਾ ਭਰਪੂਰ ਯਤਨ ਕਰੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰੀ ਤੇ ਨੱਥ ਪਾਈ ਜਾ ਰਹੀ ਹੈ ਇਸ ਦੇ ਨਾਲ ਨਾਲ ਲੋਕਾਂ ਵੱਲੋਂ ਪਿੰਡੂ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਕੀਤੇ ਕਬਜ਼ੇ ਛੁੜਾਏ ਜਾ ਰਹੇ ਨੇ ਜਿਸ ਦਾ ਵੜਾ ਪਰ ਮਾਹੁੰਗਾਰਾ ਮਿਲਿਆ ਹੈ ਨਸ਼ਾ ਤਸਕਰੀ ਤੇ ਸਰਕਾਰ ਵੱਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਉਹਨਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਕਿਹਾ ਕਿ ਪੰਜਾਬ ਵਿੱਚ ਜਲਦ ਹੀ ਇੱਕ ਚੰਗਾ ਮਾਹੌਲ ਪੈਦਾ ਕੀਤਾ ਜਾਏਗਾ ਜਿਸ ਨਾਲ ਪ੍ਰਵਾਸੀ ਪੰਜਾਬੀ ਖੁਦ ਵਕ ਖੁਦ ਪੰਜਾਬ ਵਿੱਚ ਨਿਵੇਸ਼ ਕਰਨ ਬਾਰੇ ਸੋਚਣਗੇ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਬਾਲ ਦੇ ਸਫਤ ਕਰਦੇ ਆ ਕਿ ਹਾਂ ਕਿ ਇਹਨਾਂ ਦੀ ਰਹਿਨਮਾਈ ਹੇਠ ਪੰਜਾਬ ਜਲਦ ਹੀ ਲਈ ਤੇ ਆ ਜਾਏਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਲੰਦਰ ਗਿੱਲ ਗੁਰਜਤੇਂਦਰ ਸਿੰਘ ਰੰਦਾਵਾ ਬਲਵਿੰਦਰ ਸਿੰਘ ਝੁਲਕੂ ਚਰਨ ਸਿੰਘ ਜੱਜ ਜਸਪ੍ਰੀਤ ਸਿੰਘ ਨਵਜੀਤ ਸਿੰਘ ਰੀਨੋ ਜੇਪੀ ਸਿੰਘ ਡਾਕਟਰ ਪਰਮਜੀਤ ਸਿੰਘ ਰੰਦਾਵਾ ਗੁਰਦੀਪ ਸਿੰਘ ਗਿਲ ਗੁਰਿੰਦਰ ਸਿੰਘ ਬਾਜਵਾ ਅਤੇ ਗੁਰਮੇਲ ਸਿੰਘ ਪਹਿਲਵਾਨ ਨੇ ਵੀ ਸੰਬੋਧਨ ਕੀਤਾ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ ਮਹਿੰਗਾ ਹੁੰਦਾ ਡਾਲਰ ਆਯਾਤ ਹੋਣ ਵਾਲੀਆਂ ਚੀਜ਼ਾਂ ਨੂੰ ਮਹਿੰਗਾ ਕਰ ਰਿਹਾ ਹੈ ਉੱਥੇ ਹੀ ਉਹਨਾਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਤੋਂ ਹਰ ਮਹੀਨੇ ਡਾਲਰ ਭੇਜਦੇ ਨੇ ਜਨਵਰੀ ਤੋਂ ਅਪ੍ਰੈਲ ਤੱਕ ਪੰਜਾਬ ਵਿੱਚ ਲਗਭਗ 1.32 ਬਿਲੀਅਨ ਡਾਲਰ ਆਏ ਹਨ ਇਨ੍ਹਾਂ ਮਹੀਨਿਆਂ ਵਿੱਚ ਡਾਲਰ ਲਗਭਗ 5% ਮਹਿੰਗਾ ਹੋਇਆ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ ਪਰਿਵਾਰਾਂ ਨੂੰ ਉਸ ਡਾਲਰ ਲਈ 500 ਕਰੋੜ ਰੁਪਏ ਹੋਰ ਮਿਲੇ ਨੇ ਨਿਰਯਾਤ ਵਿੱਚ ਪੰਜਾਬ 8ਵੇਂ ਸਥਾਨ ਤੇ ਹੈ ਇੱਥੋਂ ਸਾਲਾਨਾ 45000 ਕਰੋੜ ਦਾ ਨਿਰਯਾਤ ਹੁੰਦਾ ਹੈ ਉੱਥੇ ਆਯਾਤ ਇਸ ਤੋਂ ਵੱਧ ਲਗਭਗ 60000 ਕਰੋੜ ਰੁਪਏ ਹੁੰਦਾ ਹੈ ਪੰਜਾਬ ਵਿੱਚ ਫਾਰਮਾ కెమికਲ ਖਾਣ ਵਾਲੇ ਤੇਲ ਲੂਬ੍ਰਿਕੈਂਟ ਇੰਜੀਨਰੀਂਗ ਗੋਡਸ ਸਾਈਕਲ ਪਾਰਟਸ ਸੂਤੀ ਤਾਗਾ ਫੈਬਰਿਕ ਕਨਸ ਕਰਾਪ ਵਿਸ਼ੇਸ਼ ਸਟੀਲ ਆਦ ਦਾ ਆਯਾਤ ਕਰਦਾ ਹੈ ਉਦਯੋਗ ਪਕਟੀਆਂ ਦਾ ਕਹਿਣਾ ਹੈ ਕਿ ਜੇਕਰ ਡਾਲਰ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਇਸ ਨਾਲ ਸੰਬੰਧਤ ਉਤਪਾਦਾਂ ਦੀਆਂ ਕੀਮਤਾਂ ਵਧਣੀਆਂ ਤੈ ਨੇ ਵਿਸ਼ਵ ਬੈਂਕ ਦੀ ਰਿਪੋਰਟ ਦੇ ਅਨੁਸਾਰ ਭਾਰਤ 2021 ਵਿੱਚ 87 ਬਿਲੀਅਨ ਡਾਲਰ ਦੇ ਰੈਮਿਟੈਂਸ ਦੇ ਨਾਲ ਦੁਨੀਆ ਵਿੱਚ ਸਭ ਤੋਂ ਉੱਪਰ ਹੈ ਵੱਖ-ਵੱਖ ਮਨੀ ਐਕਸਚੇਂਜ ਕੰਪਨੀਆਂ ਦੀਆਂ ਰਿਪੋਰਟਾਂ ਅਨੁਸਾਰ ਦੇਸ਼ ਵਿੱਚ ਕੁੱਲ ਰੈਮਿਟੈਂਸ ਵਿੱਚ 4.5 ਫੀਸਦੀ ਜਾਨੀ ਕਿ ਕਰੀਬ 4 ਬਿਲੀਅਨ ਡਾਲਰ ਦਾ ਪੰਜਾਬ ਵਿੱਚ ਆਏ ਨੇ ਦਾਸ ਦੇ ਕੇ ਗੁਜਰਾਤ ਵਿੱਚ ਅਮਰੀਕਾ ਤੋਂ ਅਤੇ ਕੇਰਲਾ ਵਿੱਚ ਖਾੜੀ ਦੇਸ਼ਾਂ ਤੋਂ ਡਾਲਰ ਮਨੀ ਆਉਂਦੀ ਹੈ ਜਦਕਿ ਪੰਜਾਬ ਵਿੱਚ ਅਮਰੀਕਾ ਕਨੇਡਾ ਆਸਟ੍ਰੇਲੀਆ ਤੇ ਖਾੜੀ ਦੇਸ਼ਾਂ ਤੋਂ ਪੈਸਾ ਆਉਂਦਾ ਹੈ ਸਾਲ 2020 ਵਿੱਚ ਭਾਰਤ ਵਿੱਚ 83 ਬਿਲੀਅਨ ਡਾਲਰ ਆਏ ਤਾਂ 2022 ਵਿੱਚ ਇਹ ਅੰਕੜਾ 90 ਮਿਲੀਅਨ ਡਾਲਰ ਤੋਂ ਵੱਧ ਹੋਣ ਦੀ ਸੰਭਾਵਨਾ ਹੈ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਜਾਰੀ ਹੈ ਇਸ ਦੌਰਾਨ ਯੂਕਰੇਨ ਦੇ ਸਰਹੱਦੀ ਗਾਰਡਾਂ ਨੇ ਸੋਮਵਾਰ ਨੂੰ ਸੁਮੀ ਦੇ ਉੱਤਰ ਪੂਰਬੀ ਖੇਤਰ ਵਿੱਚ ਇੱਕ ਰੂਸੀ ਤੋੜਫੋੜ ਅਤੇ ਜਸੂਸੀ ਸਮੂਹ ਦੁਆਰਾ ਕੁਸ ਪੈਟ ਨੂੰ ਰੋਕ ਦਿੱਤਾ ਇਹ ਦਾਵਾ ਸੁਮੀ ਖੇਤਰ ਦੇ ਗਵਰਨਰ ਦਮਿਤਰੋ ਜਾਇਸਟ ਵਿਸਟਕੀ ਨੇ ਕੀਤਾ ਹੈ ਸੁਮੀ ਖੇਤਰ ਦੇ ਗਵਰਨਰ ਦਮਿਤਰੋ ਨੇ ਟੈਲੀਗ੍ਰਾਮ ਮੈਸੇਜਿੰਗ ਐਪ ਤੇ ਲਿਖਿਆ ਰੂਸੀ ਸਮੂਹ ਮੋਟਾਰ, ਸ਼ੈਲਾ, ਗਰਨੇਡਾ ਅਤੇ ਮਸ਼ੀਨ ਗੰਦੀ ਗੋਲਾਬਾਰੀ ਦੇ ਤਹਿਤ ਯੂਕਰੇਨੀ ਖੇਤਰ ਵਿੱਚ ਦਾਖਲ ਹੋਇਆ ਪਰ ਸਰਹੱਦੀ ਗਾਡਾ ਦੇ ਜਵਾਬੀ ਲੜਾਈ ਤੋਂ ਬਾਅਦ ਪਿੱਛੇ ਹਟ ਗਿਆ। ਹਾਲਾਂਕਿ ਜਵਸਤਕੀ ਦੇ ਖਾਤੇ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੇ। ਰੂਸੀ ਫੌਜਾਂ 24 ਫਰਵਰੀ ਨੂੰ ਸੁਮੋ ਖੇਤਰ ਵਿੱਚ ਦਾਖਲ ਹੋਈਆਂ। ਮਾਸਕੋ ਦੁਆਰਾ 24 ਫਰਵਰੀ ਨੂੰ ਯੂਕਰੇਨ ਉੱਤੇ ਹਮਲਾ ਕਰਨ ਤੋਂ ਤੁਰੰਤ ਬਾਅਦ ਰੂਸੀ ਫੌਜ ਸੂਮੋ ਖੇਤਰ ਵਿੱਚ ਦਾਖਲ ਹੋਈ ਯੂਕਰੇਨੀ ਬਲਾਂ ਨੇ 8 ਅਪ੍ਰੈਲ ਨੂੰ ਖੇਤਰ ਤੇ ਕਬਜ਼ਾ ਕਰ ਲਿਆ ਅਤੇ ਹੋਰ ਹਮਲਿਆਂ ਦੀ ਤਿਆਰੀ ਕੀਤੀ ਹਮਲੇ ਦੇ ਸ਼ੁਰੂ ਹੋਣ ਤੋਂ 80 ਦਿਨ ਤੋਂ ਬਾਅਦ ਯੂਕਰੇਨ ਨੇ ਸਫਲਤਾਮੰਦੀਆਂ ਇੱਕ ਲੜੀ ਕੀਤੀ ਜਿਸ ਨਾਲ ਰੂਸੀ ਕਮਾਂਡਰਾਂ ਨੂੰ ਰਾਜਧਾਨੀ ਕੀਵ ਤੇ ਅੱਗੇ ਵਧਣ ਅਤੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਦੇ ਆਲੇ ਦੁਆਲੇ ਤੇਜ਼ੀ ਨਾਲ ਲਾਭ ਪ੍ਰਾਪਤ ਕਰਨ ਲਈ ਮਜਬੂਰ ਕੀਤਾ ਰੂਸ ਨੇ ਕਿਹਾ ਸਪੈਸ਼ਲ ਮਿਲਟਰੀ ਆਪਰੇਸ਼ਨ ਯੂਕਰੇਨ ਨੇ ਲਿਆ ਜਵਾਬ ਮਾਸਕੋ ਨੇ ਯੂਕਰੇਨ ਵਿੱਚ ਫਾਸ਼ੀਵਾਦੀਆਂ ਤੋਂ ਛੁਟਕਾਰਾ ਪਾਉਣ ਲਈ ਆਪ ਦੀ ਕਾਰਵਾਈ ਨੂੰ ਵਿਸ਼ੇਸ਼ ਮਿਲਟਰੀ ਆਪਰੇਸ਼ਨ ਕਿਹਾ ਹੈ ਅਮਰੀਕਾ 'ਚ ਕਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 10 ਲੱਖ ਤੱਕ ਪਹੁੰਚ ਗਿਆ ਹੈ। ਰੋਡ ਆਇਲੈਂਡ ਦੇ ਪ੍ਰੋਵਿਡੈਂਸ 'ਚ ਬ੍ਰਾਊਨ ਯੂਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਵਿੱਚ ਇੱਕ ਨਵੇਂ ਮਹਾਮਾਰੀ ਕੇਂਦਰ ਦੀ ਅਗਵਾਈ ਕਰਨ ਵਾਲੇ ਜ਼ੈਨਫਿਰ ਨੂਦੋ ਨੇ ਕਿਹਾ ਕਿ ਇਸ ਧਰਤੀ ਤੋਂ 10 ਲੱਖ ਲੋਕਾਂ ਦੇ ਚਲੇ ਜਾਣ ਦੀ ਕਲਪਨਾ ਕਰਨਾ ਮੁਸ਼ਕਲ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੀਆਂ ਜਾਨਾਂ ਅਜੇ ਵੀ ਜਾ ਰਹੀਆਂ ਨੇ ਤੇ ਅਸੀਂ ਇਹਨਾਂ ਨੂੰ ਜਾਣਦੇ ਰਹੇ ਹਾਂ। ਜ਼ਿਆਦਾਤਰ ਮੌਤਾਂ ਸ਼ਹਿਰੀ ਇਲਾਕਿਆਂ 'ਚ ਹੋਈਆਂ ਨੇ ਪਰ ਪਿੰਡੂ ਇਲਾਕਿਆਂ 'ਚ ਜਿੱਥੇ ਮਾਸਕ ਤੇ ਟੀਕਾ ਕਰਨ ਦਾ ਵਿਰੋਧ ਜ਼ਿਆਦਾ ਹੁੰਦਾ ਹੈ, ਕਈ ਵਾਰ ਇਸ ਦੀ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ ਦੁਨੀਆ ਦੇ ਸਭ ਤੋਂ ਅਮੀਰ ਦੇਸ਼ ਅਮਰੀਕਾ ਜਿੱਥੇ ਸਿਹਤ ਦੇਖਭਾਲ ਪ੍ਰਣਾਲੀ ਵਧੀਆ ਹੈ ਚ ਇੰਨੇ ਲੋਕਾਂ ਦੀਆਂ ਜਾਨਾਂ ਜਾਣਾ ਜਾਣਾ ਆਪਣੇ ਆਪ ਚ ਇੱਕ ਮੀਲ ਪੱਥਰ ਹੈ ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਗੁਲਾਮ ਬਣਾ ਲਿਆ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਸ਼ਿੰਗਟਨ ਤੇ ਇਹ ਨਵਾਂ ਦੋਸ਼ ਲਗਾਇਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਜਨਤਾ ਦਰਾਂ ਦੀ ਸਰਕਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ 69 ਸਾਲਾ ਇਮਰਾਨ ਨੂੰ ਪਿਛਲੇ ਮਹੀਨੇ ਉਹਨਾਂ ਖਿਲਾਫ ਬੇਪਰੋਸਕੀ ਮਤਾ ਲਿਆ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਇਸ ਦੇ ਲਈ ਇਮਰਾਨ ਖਾਨ ਨੇ ਅਮਰੀਕਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਵਾਸ਼ਿੰਗਟਨ ਨੇ ਵਿਰੋਧੀ ਨੇਤਾਵਾਂ ਨਾਲ ਮਿਲ ਕੇ ਉਹਨਾਂ ਖਿਲਾਫ ਸਾਜ਼ਿਸ਼ ਰਚੀ ਗਈ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਮਰਾਨ ਖਾਨ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੈਲੀਆਂ ਕੀਤੀਆਂ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਨਵੀਂ ਸਰਕਾਰ ਨੂੰ ਪ੍ਰਿਸ਼ਠਾਸ਼ਾਸਕ ਘਰਾੜ ਦਿੱਤਾ। ਫੈਸਲਾਬਾਦ ਵਿੱਚ ਆਯੋਜਿਤ ਆਪਣੀ ਰੈਲੀ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਗੁਲਾਮ ਬਣਾ ਲਿਆ। ਦੇਸ਼ ਦੇ ਲੋਕ ਵਿਦੇਸ਼ੀ ਸਰਕਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਸਾਅਪਕਾ ਪ੍ਰਧਾਨ ਮੰਤਰੀ ਨੇ ਅਮਰੀਕਾ ਨੂੰ ਸਵਾਰਥੀ ਦੱਸਦਿਆਂ ਕਿਹਾ ਕਿ ਉਹ ਆਪਣਾ ਹਿੱਤ ਦੇਖੇ ਬਿਨਾਂ ਕਿਸੇ ਹੋਰ ਦੇਸ਼ ਦੀ ਮਦਦ ਲਈ ਅ ਕੀ ਆਉਂਦਾ Imran Khan ਨੇ ਐਤਵਾਰ ਨੂੰ ਆਯੋਜਿਤ ਇਸ ਰੈਲੀ ਵਿੱਚ ਕਿਹਾ ਕਿ ਵਿਦੇਸ਼ ਮੰਤਰੀ ਵਿਲਾਵਲ ਪੁੱਟੋ ਜ਼ਰਦਾਰੀ ਅਮਰੀਕੀ ਸਿਕੱਤਰ ਐਂਟੋਨੀ ਬਲਿੰਕਨ ਤੋਂ ਪੈਸੇ ਦੀ ਭੀਖ ਮੰਗਣਗੇ ਤਾਂ ਕਿ Imran Khan ਸੱਤਾ 'ਚ ਵਾਪਸ ਨਾ ਆ ਸਕੇ ਰੂਸ ਦੁਆਰਾ ਮਾਰੀਓਪੋਲ ਸ਼ਹਿਰ ਵਿੱਚ 82 ਦਿਨਾਂ ਦੀ ਭਾਰੀ ਬੰਬਾਰੀ ਤੋਂ ਬਾਅਦ ਆਖਰਕਾਰ ਯੂਕਰੇਨ ਨੇ ਹਾਰ ਮੰਨ ਲਈ ਹੈ ਯੂਕਰੇਨ ਨੇ ਮਾਰੀਓਪੋਲ ਵਿੱਚ ਆਪਣੇ ਲੜਾਕੂ ਮਿਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਹੀ ਯੂਕਰੇਨ ਨੇ ਸ਼ਹਿਰ ਦੇ ਬਾਹਰ ਬਣੀ ਸਟੀਲ ਫੈਕਟਰੀ ਤੋਂ ਆਪਣੇ ਸੈਨਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੋ ਪਿਛਲੇ ਕਈ ਦਿਨਾਂ ਤੋਂ ਰੂਸੀ ਫੌਜ ਨੂੰ ਜ਼ੋਰਦਾਰ ਜਵਾਬ ਦੇ ਰਹੀ ਹੈ ਸਭ ਤੋਂ ਪਹਿਲਾਂ 260 ਸੈਨਿਕਾਂ ਨੂੰ ਬਾਹਰ ਕੱਢਿਆ ਗਿਆ ਜੋ ਬੁਰੀ ਤਰ੍ਹਾਂ ਜ਼ਖਮੀ ਸੀ ਪਰ ਰੂਸੀ ਹਮਲੇ ਕਾਰਨ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਰਣਨੀਤਿਕ ਤੌਰ ਤੇ ਮਹੱਤਵਪੂਰਨ ਬੰਦਰਗਾਹ ਸ਼ਹਿਰ ਮਾਰੀਓਪੋਲ ਹੁਣ ਪੂਰੀ ਤਰ੍ਹਾਂ ਰੂਸੀ ਫੌਜ ਦੁਆਰਾ ਨਿਯੰਤਰਿਤ ਕੀਤਾ ਗਿਆ ਹੈ ਜੋ ਉਤਨ ਲਈ ਯੂਕਰੇਨ ਵਿੱਚ ਜੰਗ ਵਿੱਚ ਸਭ ਤੋਂ ਵੱਡੀ ਜਿੱਤ ਨੂੰ ਦਰਸਾਉਂਦਾ ਹੈ ਯੂਕਰੇਨੀ ਫੌਜ ਦੇ ਜਰਨਲ ਸਟਾਫ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਾਰੀਓਪੋਲ ਦੀ ਰੱਖਿਆ ਲਈ ਤਾਇਨਾਤ ਫੌਜ ਨੇ ਆਪਣਾ ਲੜਾਕੂ ਮਿਸ਼ਨ ਪੂਰਾ ਕਰ ਲਿਆ ਹੈ ਸੁਪਰੀਮ ਮਿਲਟਰੀ ਕਮਾਂਡ ਨੇ ਜੋਬਸਟਲ ਸਟੀਲ ਫੈਕਟਰੀ ਵਿੱਚ ਮੌਜੂਦ ਕਮਾਂਡਰਾਂ ਨੂੰ ਆਪਣੇ ਸੈਨਿਕਾਂ ਦੀ ਜਾਨ ਬਚਾਉਣ ਦੇ ਆਦੇਸ਼ ਦਿੱਤੇ ਨੇ ਯੂਕਰੇਨੀ ਫੌਜ ਨੇ ਕਿਹਾ ਕਿ ਮਾਰੀਓਪੋਲ ਦੇ ਰੱਖਿਅਕ ਸਾਡੇ ਸਮੇਂ ਦੇ ਨਾਇਕਾਂ ਵਾਂਗ ਨੇ ਅਤੇ ਉਹਨਾਂ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਏਗਾ ਇਸ ਵਿੱਚ ਵਿਸ਼ੇਸ਼ ਅਯੋਬ ਯੂਨਿਟ ਸ਼ਾਮਲ ਹੈ ਯੂਕਰੇਨ ਦੇ ਉਪਰੱਖਿਆ ਮੰਤਰੀ ਹਨਾ ਮਲੇਰ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ 35 ਗੰਭੀਰ ਜ਼ਖਮੀ ਸੈਨਿਕਾਂ ਨੂੰ ਰੂਸ ਦੇ ਨਿਯੰਤਰਿਤ ਸ਼ਹਿਰ ਨੋਵੋਜ਼ੋਵਸ ਤੋਂ ਅਤੇ 212 ਤੋਂ ਓਲਨਵਿਕਾ ਤੋਂ ਬਾਹਰ ਕੱਢਿਆ ਗਿਆ ਹੈ ਫਲਹਾਲ ਇਹ ਸਪਸ਼ਟ ਨਹੀਂ ਹੈ ਕਿ ਸਟੀਲ ਫੈਕਟਰੀ ਵਿੱਚ ਕਿੰਨੇ ਸੈਨਿਕ ਸੇ ਪਰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਹੈ ਕਿ ਅਸੀਂ ਆਪਣੇ ਸੈਨਿਕਾਂ ਦੀ ਸੁਰੱਖਿਆ ਦੀ ਆਸ ਕਰਦੇ ਹਾਂ ਜ਼ੇਲੈਂਸਕੀ ਨੇ ਕਿਹਾ ਕਿ ਮੈਂ ਇਹ ਖਾਂਕਿਤ ਕਰਨਾ ਚਾਹੁੰਦਾ ਹਾਂ ਕਿ ਯੂਕਰੇਨ ਨੂੰ ਆਪਣੇ ਹੀਰੋ ਨੂੰ ਜੰਦਾ ਲਿਆਉਣਾ ਚਾਹੀਦਾ ਹੈ ਇਹ ਸਾਡਾ ਸਿਧਾਂਤ ਹੈ ਯੂਕਰੇਨ ਦੇ ਸਟੀਲ ਫੈਕਟਰੀ ਤੋਂ ਆਪਣੀਆਂ ਫੌਜਾਂ ਦੀ ਵਾਪਸੀ ਨਾਲ ਯੂਕਰੇਨ ਵਿੱਚ ਸਭ ਤੋਂ ਖੂਨੀ ਅਤੇ ਸਭ ਤੋਂ ਲੰਬੀ ਜੰਗ ਨੂੰ ਖਤਮ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਹ ਯੂਕਰੇਨੀ ਫੌਜ ਲਈ ਬਹੁਤ ਮਹੱਤਵ ਤਮਪੂਰਨ ਹਾਰ ਅਤੇ ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਲਈ ਵੱਡੀ ਜਿੱਤ ਹੈ ਮਾਰੀਓਪੋਲ ਸ਼ਹਿਰ ਖੰਡਰ ਵਿੱਚ ਤਬਦੀਲ ਹੋ ਚੁੱਕਾ ਹੈ ਅਤੇ ਯੂਕਰੇਨ ਦਾ ਦਾਵਾ ਹੈ ਕਿ ਰੂਸੀ ਬਲਾਂ ਨੇ ਕਬਜ਼ਾ ਕਰਨ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਉੱਥੇ ਯੂਕਰੇਨ ਦੇ ਲੋਕਾਂ ਲਈ ਸਟੀਲ ਫੈਕਟਰੀ ਰੂਸੀ ਹਮਲੇ ਵਿਰੁੱਧ ਸੰਘਰਸ਼ ਦਾ ਪ੍ਰਤੀਕ ਬਣ ਗਈ ਜਿੱਥੇ ਰੂਸੀ ਫੌਜਾਂ ਵੱਲੋਂ ਸ਼ਹਿਰ ਤੇ ਕਬਜ਼ਾ ਕਰਨ ਦੇ ਬਾਵਜੂਦ 3000 ਫੌਜੀਆਂ ਨੇ ਹਾਰ ਨਹੀਂ ਮੰਨੀ ਅਤੇ ਜ਼ੋਰਦਾਰ ਜਵਾਬੀ ਕਾਰਵਾਈ ਕੀਤੀ ਦੋਸ਼ ਨੇ ਕਿ ਰੂਸੀ ਫੌਜ ਨੇ ਨਾ ਯੂਕਰੇਨੀ ਫੌਜੀਆਂ ਦਾ ਮਨੋਬਲ ਤੋੜਨ ਲਈ ਪਾਸ ਫੋਰਸ ਬੰਬਾਂ ਦੀ ਵਰਤੋਂ ਕੀਤੀ ਅਜੋਬ ਰੈਜੀਮੈਂਟ ਦਾ ਗਠਨ ਰਾਸ਼ਟਰਵਾਦੀ ਸਮੂਹਾਂ ਦੁਆਰਾ ਕ੍ਰੀਮੀਆ ਦੇ ਰੂਸੀ ਕਬਜ਼ੇ ਤੋਂ ਬਾਅਦ ਕੀਤਾ ਗਿਆ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨ ਖਵਾ ਦੇ ਪਿਸ਼ਾਬਰ ਸ਼ਹਿਰ ਤੋਂ ਲਗਭਗ 17 ਕਿਲੋਮੀਟਰ ਦੂਰ ਸਰਬੰਦ ਖੇਤਰ ਤੇ ਬਾਟਾਲ ਬਾਜ਼ਾਰ ਵਿੱਚ ਲੰਘੇ ਦਿਨ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਅਨੇਵਾਹ ਗੋਲੀਆਂ ਚਲਾ ਕੇ ਕੀਤੀ ਗਈ ਦੋ ਸਿੱਖ ਦੁਕਾਨਦਾਰਾਂ ਰਣਜੀਤ ਸਿੰਘ ਪੁੱਤਰ ਗੁਰਮਖ ਸਿੰਘ ਅਤੇ ਕੁਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਦੀ ਹੱਤਿਆ ਦੇ ਵਿਰੋਧ ਵਿੱਚ ਪਾਕਿਸਤਾਨ ਸਿੱਖ ਪਾਇਚਾਰੇ ਨੇ ਪੇਸ਼ਾਵਰ ਪ੍ਰੈਸ ਕਲੱਬ ਅਤੇ ਸ੍ਰੀ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਗੇਟ ਦੇ ਸਾਹਮਣੇ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਤਾਜ਼ਾ ਘਟਨਾ ਨਾਲ ਪਾਕਿਸਤਾਨੀ ਸਿੱਖਾਂ ਚ ਇੱਕ ਵਾਰ ਮੁੜ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਉਹਨਾਂ ਨੇ ਪਾਕਿਸਤਾਨ ਸਰਕਾਰ ਉਪੀਲ ਕੀਤੇ ਹੈ ਕਿ ਉਹ ਗੈਰ ਮੁਸਲਮ ਲੋਕਾਂ ਖਾਸ ਕਰਕੇ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਯਕੀਨੀ ਕਦਮ ਚੁੱਕੇ ਜਾਣ ਦੱਸਣਯੋਗ ਹੈ ਕਿ ਹਤਿਆਮਾਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਦੀ ਅਫਗਾਨ ਸ਼ਾਖਾ ਇਸਲਾਮਿਕ ਸਟੇਟ ਵਲਹਾ ਖੁਰਾਸਨ ਨੇ ਲਈ ਹੈ ਇੱਕ ਅਤਵਾਦੀ ਸੰਗਠਨ ਨੂੰ ਇਸਲਾਮਿਕ ਸਟੇਟ ਖੁਰਾਸਾਨ ਪ੍ਰਾਂਤ ਵਿੱਚ ਇਹ ਜਾਂਦਾ ਹੈ ਆਈਐਸਕੇਪ ਨੇ ਦਾਵਾ ਕੀਤਾ ਹੈ ਕਿ ਉਸ ਦੇ ਬੰਦੂਕਧਾਰੀਆਂ ਨੇ ਉਕਤ ਦੋਵੇਂ ਸਿੱਖ ਕਾਰੋਬਾਰੀਆਂ ਦੀ ਹੱਤਿਆ ਕੀਤੀ ਇਸ ਦੰਗਾਂਠ ਨੇ ਪਸ਼ਾਵਰ ਦੀ ਚਾਰ ਸੱਦਾ ਰੋਡ ਤੇ ਸਥਿਤ ਖਾਲਸਾ ਯੂਨਾਨੀ દવાਖਾਨਾ ਵਿਖੇ ਹਕੀਮ ਸਤਨਾਮ ਸਿੰਘ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਇਸ ਤੋਂ ਪਹਿਲਾਂ ਵੀ ਸੂਬਾ ਖੈਬਰ ਪਖਤੂਨ ਖਵਾ ਵਿੱਚ ਸਿੱਖ ਆਗੂ ਚਰਨਜੀਤ ਸਿੰਘ ਸੂਚਨਾ ਚੈਨਲ ਦੇ ਐਂਕਰ ਰਵਿੰਦਰ ਸਿੰਘ ਡਾਕਟਰ ਸੂਰਨ ਸਿੰਘ ਸਮੇਤ ਕਈ ਸਿੱਖਾਂ ਦੀ ਹੱਤਿਆ ਅਤੇ ਲੁੱਟਖੋਹ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ ਪੁਲਿਸ ਥਾਣਾ ਸਦਰ ਐਸਪੀ ਹਾਕੀਕ ਹੁਸੈਨ ਨੇ ਦੱਸਿਆ ਕਿ ਅਤਵਾਦ ਰੋਕੂ ਡਿਵੀਜ਼ਨ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹ ਕੱਤਵਾਰੀ ਹਮਲਾ ਸੀ ਜਿਸ ਵਿੱਚ ਇੱਕ ਸਿੱਖ ਦੁਕਾਨਦਾਰ ਨੂੰ ਤੇ ਤਿੰਨ ਅਤੇ ਦੂਜਿਆਂ ਨੂੰ ਦੋ ਗੋਲੀਆਂ ਲੱਗੀਆਂ ਪੁਲਿਸ ਅਧਿਕਾਰੀ ਮੁਤਾਬਕ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਕਿਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਕੌਮੀ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਪਾਕਿਸਤਾਨ ਵਿੱਚ ਦੋ ਸਿੱਖਾਂ ਦੀ ਹੱਤਿਆ ਤੇ ਚਿੰਤਾ ਪ੍ਰਗਟ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਨੂੰ ਪਾਕਿਸਤਾਨ ਸਰਕਾਰ ਦੇ ਸਾਹਮਣੇ ਉਠਾਉਣ ਦੀ ਅਪੀਲ ਕੀਤੀ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਭਾਰਤ ਦਾ ਸਿੱਖ ਭਾਈਚਾਰਾ ਪਾਕਿਸਤਾਨ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਹੱਤਿਆ ਅਤੇ ਧਰਮ ਪਰਿਵਰਤਨ ਲਈ ਸਿੱਖ ਲੜਕੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਸਿੱਖਾਂ ਦੀ ਭਾਵਨਾ ਅਤੇ ਉਹਨਾਂ ਦੀ ਸੁਰੱਖਿਆ ਸੰਬੰਧੀ ਚਿੰਤਾ ਦਾ ਮੁੱਦਾ ਵਿਦੇਸ਼ ਮੰਤਰਾਲੇ ਸਾਹਮਣੇ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਦਖਲ ਦੇਣ ਲਈ ਬੇਨਤੀ ਕੀਤੀ ਗਈ ਹੈ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਵਿਲਾਵਲ ਪੁੱਟੋ ਜ਼ਰਦਾਰੀ 18 ਮਹੀਨਿਆਂ ਅਮਰੀਕਾ ਦੇ ਦੋ ਰੋਜ਼ਾ ਦੌਰੇ ਤੇ ਜਾਣਗੇ ਵਿਦੇਸ਼ ਦਫ਼ਤਰ ਨੇ ਇੱਥੇ ਇਹ ਐਲਾਨ ਕੀਤਾ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਵਿਲਾਵਲ ਇਸਤਰਾਨ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮੁਖ ਦਫ਼ਤਰ ਵਿੱਚ ਆਲਮੀ ਖੁਰਾਕ ਸੁਰੱਖਿਆ ਸੰਬੰਧੀ ਮੰਤਰੀ ਪਦਰੀ ਮੀਟਿੰਗ ਵਿੱਚ ਹਿੱਸਾ ਲੈਣਗੇ ਤੇ ਆਪਣੇ ਅਮਰੀਕੀ ਹਮਰਤਵਾ ਐਂਟੋਨੀ ਬਲਿੰਕਨ ਨਾਲ ਅਹਿਮ ਮੁੱਦਿਆਂ ਤੇ ਗੱਲਬਾਤ ਕਰਨਗੇ ਪਿਛਲੇ ਮਹੀਨੇ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਵਿਲਾਵਲ ਹੀ ਇਹ ਪਹਿਲੀ ਵਿਦੇਸ਼ ਯਾਤਰਾਤੇ ਹੋਣਗੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਨੇ ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾਵਾਂ ਨਾਲ ਮਿਲ ਕੇ ਉਹਨਾਂ ਦੀ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਘੜੀ ਹੈ ਅਮਰੀਕਾ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਆਸਟ੍ਰੇਲੀਆ ਵਿੱਚ 21 ਮਈ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿੱਚ ਮੁਲਕ ਦੇ 17 ਮਿਲੀਅਨ ਵੋਟਰ 47ਵੀਂ ਸੰਸਦ ਲਈ VOTING ਕਰਨਗੇ ਮੁਲਕ ਦੀ 151 ਸੰਸਦੀ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਦੇ 1203 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇਨ੍ਹਾਂ ਚੋਣਾਂ ਦੇ ਨਾਲ 76 ਸੈਨੇਟ ਮੈਂਬਰਾਂ ਵਿੱਚੋਂ 38 ਸੈਨੇਟ ਮੈਂਬਰਾਂ ਦੀ ਚੋਣ ਲਈ ਸੂਬਾ ਪੱਧਰ ਤੇ ਸਿੱਧੀ ਵੋਟ ਵੀ ਪੈਗੀ 38 ਸੈਨੇਟ ਮੈਂਬਰਾਂ ਲਈ ਆਜ਼ਾਦ ਉਮੀਦਵਾਰਾਂ ਸਮੇਤ ਪਾਰਟੀਆਂ ਦੇ 421 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜ਼ਿਕਰਯੋਗ ਹੈ ਕਿ ਸੰਸਦ ਚੋਣ 3 ਸਾਲ ਲਈ ਅਤੇ ਸੈਨੇਟ ਮੈਂਬਰਾਂ ਦੀ ਚੋਣ 6 ਸਾਲ ਲਈ ਹੁੰਦੀ ਹੈ 3 ਸਾਲ ਬਾਅਦ ਸੰਸਦ ਦੀ ਚੋਣ ਦੇ ਨਾਲ ਅਤੇ ਸੈਨੇਟ ਮੈਂਬਰਾਂ ਦੀ ਚੋਣ ਲਈ ਸਿੱਧੀ ਸੂਬਾ ਪੱਧਰ ਤੇ ਸਿੱਧੀ VOTING <Tipps> ਹੁੰਦੀ ਹੈ ਆਸਟ੍ਰੇਲੀਆ ਸੰਸਦੀ ਚੋਣਾਂ ਵਿੱਚ ਮੁੱਖ ਮੁਕਾਬਲਾ ਹੁਕਮਰਾਨ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦਰਮਿਆਨ ਹੈ ਲਿਬਰਲ ਪਾਰਟੀ ਵਿੱਚ ਸਕਾਟ ਮੌਰੀਸਨ ਅਤੇ ਲੇਬਰ ਪਾਰਟੀ ਵਿੱਚ ਐਂਥਨੀ ਐਲ ਬਾਜ਼ਨੀਜ਼ ਸੰਸਦ ਚੋਣਾਂ ਵਿੱਚ ਮੁੱਖ ਚਿਹਰਾ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਸਾਰੇ ਲੋਕਾਂ ਦੇ ਨਾਂ ਉਜਾਗਰ ਕਰਨ ਵਾਲੇ ਇੱਕ ਵੀਡੀਓ ਕਲਿੱਪ ਬਣਾਉਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਉਹਨਾਂ ਦੇ ਦੋ ਮੋਬਾਈਲ ਫੋਨ ਚੋਰੀ ਹੋ ਗਏ ਇਹ ਜਾਣਕਾਰੀ ਸੋਮਵਾਰ ਨੂੰ ਸਾਹਮਣੇ ਆਈ ਖਾਨ ਦੇ ਬੁਲਾਰੇ ਸ਼ਹਬਾਸ ਗਿਲ ਨੇ ਟਵੀਟ ਕੀਤਾ ਕਿ ਖਾਨ ਸ਼ਨੀਵਾਰ ਨੂੰ ਸਿਆਲਕੋਟ ਵਿੱਚ ਰੈਲੀ ਨੂੰ ਸੰਬੋਧਨ ਕਰਨ ਗਏ ਸੀ ਉਦੋਂ ਸਿਆਲਕੋਟ ਹਵਾਈ ਅੱਡੇ ਤੇ ਉਨ੍ਹਾਂ ਦੇ ਫੋਨ ਚੋਰੀ ਹੋ ਗਏ ਸਾਬਕਾ ਪ੍ਰਧਾਨ ਮੰਤਰੀ ਨੇ ਰੈਲੀ ਵਿੱਚ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਉਨ੍ਹਾਂ ਨੇ ਸਾਰੇ ਸਾਜ਼ਿਸ਼ਕਾਰਾਂ ਦਾ ਨਾਮ ਉਜਾਗਰ ਕਰਦੇ ਹੋਏ ਇੱਕ ਵੀਡੀਓ ਰਿਕਾਰਡ ਕੀਤੀ ਹੈ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦਾ ਕਤਲ ਹੋਇਆ ਤਾਂ ਇਸ ਸਥਿਤੀ ਵਿੱਚ ਇਸ ਵੀਡੀਓ ਨੂੰ ਜਾਰੀ ਕੀਤਾ ਜਾਏਗਾ ਗਿੱਲ ਨੇ ਕਿਹਾ ਕਿ ਪਾਸੇ ਤਾਂ Imran Khan ਨੂੰ ਜਾਣਬੁੱਝ ਕੇ ਕੋਈ ਸੁਰੱਖਿਆ ਮਹੱਈਆ ਨਹੀਂ ਕਰਾਈ ਗਈ ਅਤੇ ਦੂਜੇ ਪਾਸੇ ਉਨ੍ਹਾਂ ਦੇ ਮੋਬਾਈਲ ਚੋਰੀ ਹੋ ਗਏ ਸਾਬਕਾ ਸਲਾਹਕਾਰ ਨੇ ਕਿਸੇ ਦਾ ਨਾਮ ਨਾ ਲਏ ਬਿਨਾ ਕਿਹਾ ਕਿ ਤੁਸੀਂ ਪੂਰੀ ਤਰ੍ਹਾਂ ਗੁੰਮਰਾਹ ਹੋ ਕਿਉਂਕਿ ਖਾਨ ਨੇ ਜੋ ਵੀਡੀਓ ਰਿਕਾਰਡ ਕੀਤੀ ਹੀ ਉਹ ਇਨਾ ਫੋਨਾਂ ਵਿੱਚ ਨਹੀਂ ਸੀ ਇਸ ਚੋੜ ਸੰਬੰਧੀ ਗਲਗਿਲ ਦੀ ਟਿੱਪਣੀ ਤੇ ਸਰਕਾਰ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਦਵਾਈ ਫਰਮ ਬਾਇਓਲੋਜੀਕਲ ਇ ਲਿਮਿਟਿਡ ਜਨਕੀ ਬੀ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਆਪਣੀ ਕੋਵਿਡ-19 ਵੈਕਸਿਨ ਕਾਰਵੇ ਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕਰ ਦਿੱਤੀ ਹੈ ਇਸ ਦੀ ਕੀਮਤ ਵਿੱਚ ਜੀਐਸਟੀ ਸ਼ਾਮਲ ਹੈ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਚਲਦਿਆਂ ਉਪਯੋਗਕਰਤਾਵਾਂ ਨੂੰ ਟੈਕਸ ਅਤੇ ਟੀਕਾ ਲਗਾਉਣ ਦੇ ਟੈਕਸ ਸਮੇਤ ਪ੍ਰਤੀ ਖੁਰਾਕ 400 ਰੁਪਏ ਅਦਾ ਕਰਨੇ ਹੋਣਗੇ ਇਸ ਤੋਂ ਪਹਿਲਾਂ ਨਿੱਜੀ ਟਿਕਾਕਰਨ ਕੇਂਦਰਾਂ ਵਿੱਚ ਟੀਕੇ ਦੇ ਉਪਯੋਗਕਰਤਾਵਾਂ ਲਈ ਕੁੱਲ ਕੀਮਤ 990 ਰੁਪਏ ਪ੍ਰਤੀ ਖੁਰਾਕ ਸੀ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਊਬਾ ਨੇ ਚੀਨ ਵੱਲੋਂ ਬਣਾਏ ਗਏ ਦੇਸ਼ ਦੇ ਦੂਜੇ ਕਮਾਂਟਰੀ ਹਵਾਈ ਅੱਡੇ ਦਾ ਲੁਬੀਨੀ ਵਿੱਚ ਉਦਘਾਟਨ ਕੀਤਾ ਇਹ ਭਗਵਾਨ ਬੁੱਧ ਦੇ ਜਨਮ ਸਥਾਨ ਅਤੇ ਸੈਰ ਸਪਾਟਾ ਤੇ ਤੀਰਥ ਸਥਾਨ ਲੁਬੀਨੀ ਨੂੰ ਦੱਖਣੀ ਏਸ਼ੀਆ ਵਿੱਚ ਬੁੱਧੀ ਮੱਠਾਂ ਦੇ ਨਾਲ-ਨਾਲ ਬਾਕੀ ਦੁਨੀਆ ਨੂੰ ਜੋੜਨ ਵਿੱਚ ਮਦਦ ਕਰੇਗਾ 7.6 ਕਰੋੜ ਅਮਰੀਕੀ ਡਾਲਰ ਦੇ ਗੌਤਮ ਬੁੱਧ ਕੁਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਉਸ ਸਮੇਂ ਕੀਤਾ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰणिमा ਮੌਕੇ ਲੁਬੀਨੀ ਦੀ ਯਾਤਰਾ ਤੇ ਸਨ ਮੋਦੀ ਨੇ ਇਸ ਦੌਰਾਨ ਆਪਣੇ ਨੇਪਾਲੀ ਹਮਰੁੱਤਵਾ ਦਿਊਬਾ ਨਾਲ ਵੱਖ-ਵੱਖ ਖੇਤਰਾਂ ਵਿੱਚ ਦੁਬੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਆਪਕ ਗੱਲਬਾਤ ਕੀਤੀ

ਸ਼ੀਨ ਦੇਸ਼ ਸ਼ੰਗਾਈ ਵਿੱਚ ਸੋਮਵਾਰ ਨੂੰ ਅਧਿਕਾਰਤ ਤੌਰ ਤੇ ਐਲਾਨ ਕੀਤਾ ਗਿਆ ਹੈ ਕਿ ਕੋਵਿਡ ਦੇ ਖਤਰੇ ਦੇ ਮੱਦੇ ਨਜ਼ਰ ਲਗਾਈ ਗਈ 6 ਹਫ਼ਤਿਆਂ ਦੀ ਤਾਲਾਬੰਦੀ ਨੂੰ ਖਤਮ ਕਰਕੇ 1 ਜੂਨ ਤੱਕ ਸਥਿਤੀ ਆਮ ਹੋਣ ਦੀ ਸੰਭਾਵਨਾ ਹੈ ਸ਼ੰਗਾਈ ਦੇ ਮੇਅਰ ਜੋਂਗ ਮਿੰਗ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਗਤੀਵਿਧੀਆਂ ਤਿੰਨ ਪੜਾਵਾਂ ਵਿੱਚ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਸ਼ਿਨੂਹਾ ਨੇ ਮੇਅਰ ਦੇ ਹਵਾਲੇ ਨਾਲ ਕਿਹਾ ਕਿ ਇਹਨਾਂ ਤਿੰਨ ਪੜਾਵਾਂ ਵਿੱਚ ਸ਼ੰਗਾਈ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਜਾਏਗੀ ਹੌਲੀ-ਹੌਲੀ ਪਾਬੰਦੀਸ਼ੁਦਾ ਖੇਤਰਾਂ ਦੀ ਗਿਣਤੀ ਅਤੇ ਪਾਬੰਦੀਸ਼ੁਦਾ ਕੰਟਰੋਲ ਵਾਲੇ ਖੇਤਰਾਂ ਵਿੱਚ ਇਹਨਾਂ ਭਾਈਚਾਰਕ ਆਂ ਦੇ ਮੋੜ ਖੁੱਲਣ ਤੱਕ ਮਾਮਲਿਆਂ ਵਿੱਚ ਕਮੀ ਆਏਗੀ 1 ਜੂਨ ਤੋਂ ਲੈ ਕੇ ਮੱਧ ਜੂਨ ਤੱਕ ਬਿਮਾਰੀ ਦੀ ਰੋਕத் ਥਾਮ ਅਤੇ ਨਿਯੰਤਰਣ ਲਈ ਸਖਤਪਾਾ ਅਪਣਾਉਣ ਨਾਲ ਜੀਵਨ ਅਤੇ ਉਤਪਾਦਨ ਆਮ ਵਾਂਗ ਹੋ ਜਾਏਗਾ ਮਿਊਨਿਸਪਲ ਹੈਲਥ ਕਮਿਸ਼ਨ ਦੇ ਅਨੁਸਾਰ ਐਤਵਾਰ ਨੂੰ ਸ਼ਹਿਰ ਵਿੱਚ ਕੋਵਿਡ-19 ਦੇ 69 ਮਾਮਲੇ ਸਥਾਨਕ ਸੰਪਰਕ ਅਤੇ 869 ਸਥਾਨਕ ਮਾਮਲੇ ਬਿਨਾਂ ਲੱਛਣ ਹੋਣ ਦੇ ਸਾਹਮਣੇ ਆਏ ਯਮਨ ਦੇ ਹੁੱਤੀ ਵਿਦਰੋਹੀਆਂ ਦਾ ਕਹਿਣਾ ਹੈ ਕਿ 6 ਸਾਲਾਂ ਵਿੱਚ ਪਹਿਲੀ ਵਾਰ ਕਿਸੇ ਵਪਾਰਕ ਜਹਾਜ਼ ਨੇ ਦੇਸ਼ ਦੀ ਰਾਸ਼ਟਾਨੀ ਸਨਾਨਾਂ ਤੋਂ ਉਡਾਣ ਭਰੀ ਅਧਿਕਾਰੀਆਂ ਅਨੁਸਾਰ ਗ੍ਰਹਿ ਯੁੱਧ ਦਾ ਸਾਹਮਣਾ ਕਰ ਰਹੇ ਦੇਸ਼ ਦੀ ਸਰਕਾਰ ਤੇ ਵਿਦਰੋਹੀਆਂ ਵਿੱਚ ਜੰਗਬੰਦੀ ਤੇ ਸਹਿਮਤੀ ਬਣਨ ਤੋਂ ਬਾਅਦ ਅਜਿਹਾ ਸੰਭਵ ਹੋ ਸਕਿਆ ਸਨਾਨ 'ਤੇ ਇਸ ਸਮੇਂ ਵਿਦਰੋਹੀਆਂ ਦਾ ਕਬਜ਼ਾ ਹੈ ਇਰਾਨ ਸਮਰਥਿਤ ਹੁਤੀ ਵਿਦਰੋਹੀਆਂ ਦੁਆਰਾ ਸੰਚਾਲਿਤ ਮੀਡੀਆ ਅਨੁਸਾਰ ਯਮਨ 에ਅਰਵੇਜ਼ ਦਾ ਇਹ ਜਹਾਜ਼ ਸਨਾ ਤੋਂ ਜਾਰਡਨ ਦੀ ਰਾਜਧਾਨੀ ਅਮਾਨ ਜਾਏਗਾ ਜਹਾਜ਼ ਵਿੱਚ કુલ 152 ਯਾਤਰੀ ਸਵਾਰ ਸਨ ਇਸ ਤੋਂ ਪਹਿਲਾਂ ਇਹ ਜਹਾਜ਼ ਯਾਤਰੀਆਂ ਨੂੰ ਲੈਣ ਲਈ ਯਮਨ ਦੇ ਦੱਖਣੀ ਬੰਦਰਗਾਹ ਸ਼ਹਿਰ ਅਦਨ ਤੋਂ ਸਨਾ ਪਹੁੰਚਿਆ ਸੀ ਹਵਾਈ ਅੱਡੇ ਤੇ ਉਤਰਨ ਦੇ ਨਾਲ ਹੀ ਜਹਾਜ਼ ਨੂੰ ਇੱਕ ਰਸਮੀ ਜਲ ਸਲਾਮੀ ਦਿੱਤੀ ਗਈ ਤੇ ਉਸ ਦਾ ਸਵਾਗਤ ਕੀਤਾ ਗਿਆ ਹੁੱਤੀ মিডিਆ ਦਫ਼ਤਰ ਨੇ ਕਿਹਾ ਕਿ ਸੋਮਵਾਰ ਨੂੰ ਹੀ ਅਮਾਨ ਤੋਂ ਵਾਪਸੀ ਉਡਾਣ ਆਉਣ ਦੀ ਉਮੀਦ ਹੈ ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਵਿਚੋਲਗੀ ਦੇ ਬਾਅਦ ਪਿਛਲੇ ਮਹੀਨੇ ਯਮਨ ਦੀ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਤੇ ਹੁੱਤੀ ਬਗ਼ਦਰੀਆਂ ਵਿਚਾਲੇ 60 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ ਫਿਲਮਾਂ ਦਾ ਮਹਾਕੁੰਭ ਕਹੇ ਜਾਣ ਵਾਲੇ 75ਵੇਂ ਕਾਂਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਫਰਾਂਸ ਵਿੱਚ 17 ਮਈ ਤੋਂ ਹੋ ਰਹੀ ਹੈ ਜੋ 28 ਮਈ ਤੱਕ ਚੱਲੇਗਾ ਇਸ ਪ੍ਰੋਗਰਾਮ ਵਿੱਚ ਨਾ ਕੇਵਲ ਮਨੋਰੰਜਨ ਜਗਤ ਦੇ ਵੱਡੇ ਸਿਤਾਰੇ ਸ਼ਿਰਕਤ ਕਰਨਗੇ ਸਗੋ ਦੁਨੀਆ ਭਰ ਦੇ ਫਿਲਮ ਨਰਮਾਤਾ ਤੇ ਹੋਰ ਕਲਾਕਾਰ ਵੀ ਸ਼ਾਮਲ ਹੋਣਗੇ ਕਈ ਹਸਤੀਆਂ ਇਸ ਸਾਲ ਆਪਣਾ ਡੈਬਿਊ ਕਰਦੀਆਂ ਨਜ਼ਰ ਆਉਣਗੀਆਂ ਭਾਰਤ ਵੱਲੋਂ ਪੂਜਾ ਹੇਗੜੇ ਦੀਪਿਕਾ ਪਾਦੂਕੋਨ ਵਰਗੀਆਂ ਕਈ ਬਾਲੀਵੁੱਡ ਹਸਤੀਆਂ ਤੇ ਸੰਗੀਤ ਉਸਤਾਦ ਏ ਆਰ ਰਹਿਮਾਨ ਪ੍ਰੇਮੀ ਪੁਰਸਕਾਰ ਜਿੱਤੇ ਦੋ ਕਲਾਕਾਰ ਰਿੱਕੀ ਕੇਜ਼ ਇਸ ਫੈਸਟੀਵਲ ਵਿੱਚ ਸ਼ਾਮਲ ਹੋਣਗੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ دی ਆਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮਿਲੀਅਨ ਸਟੇ ਵੀ ਜ਼ਰੂਰ ਸਬਸਕ੍ਰਾਈਬ ਕਰੋ ਸਾਸ਼ਟ੍ਰਿਆ ਗਾਲ